ਆ ਦਿੱਲੀ ਗੁਰਮੁਖ ਪਿਆਰੇ ਸਾਡੇ ਜਸਵੀਰ ਸਿੰਘ ਜੀ, ਸੰਗਤ ਜੀ, ਉਹਨਾਂ ਦੇ ਬੱਚੇ ਦਾ ਵਿਆਹ ਹੋਣਾ ਸੀ, ਵੱਡੇ ਮੁੰਡੇ ਦਾ। ਵਿਉਂਤ ਘੜੀ ਗਈ ਸਾਰੀ, ਦਸ ਦੇ ਨਾਲ ਹੀ ਵਿਉਂਤ ਘੜੀ ਗਈ ਕਿ ਕਿਵੇਂ ਵਿਆਹ ਕਰਨਾ। ਹੁਣ ਧਿਆਨ ਦੇਣਾ, ਕੁੜੀ ਵਾਲਿਆਂ ਦੀ ਇੰਨੀ ਸਮਰੱਥਾ ਨਹੀਂ ਕਿ ਉਹ ਵਿਆਹ ਦੇ ਵਿੱਚ ਖਰਚਾ ਕਰ ਸਕਣ, ਅਤੇ ਗੁਪਤ ਰੂਪ ਦੇ ਵਿੱਚ ਉਹ ਗੁਰਮੁਖ ਪਿਆਰਿਆਂ ਨੇ ਜਸਵੀਰ ਸਿੰਘ ਜੀ ਨੇ ਕਿਹਾ, ਕਹਿੰਦੇ ਜੀ ਸਾਨੂੰ ਕੁੜੀ ਪਸੰਦ ਹੈ, ਤੁਹਾਡੇ ਕੋਲ ਨਹੀਂ ਨਾ? ਕਹਿੰਦੇ ਖਰਚਾ ਅਸੀਂ ਕਰਾਂਗੇ, ਆਖੋ ਸਤਨਾਮ, ਸਾਨੂੰ ਕੁੜੀ ਚਾਹੀਦੀ, ਖਰਚਾ ਅਸੀਂ ਕਰਾਂਗੇ, ਨਾਮ ਤੁਹਾਡਾ ਹੋਏਗਾ, ਨਾਮ ਤੁਹਾਡਾ। ਅਤੇ ਵਿਆਹ ਕਿਸ ਤਰੀਕੇ ਦਾ ਹੋਇਆ? ਸਤ ਸੰਗਤ, ਗੁਰੂ ਦੀ ਮੱਤ ਅਨੁਸਾਰ ਜਿਹੜੇ ਕਾਰਜ ਹੁੰਦੇ ਨੇ ਬੜੇ ਲੰਮੇ ਅਤੇ ਸੁਖਦਾਈ ਉਹ ਨਿਭਦੇ ਨੇ, ਆਖੋ ਸਤਨਾਮ, ਬੜੇ ਲੰਬੇ ਅਤੇ ਸੁਖਦਾਈ। ਵਿਆਹ ਹੋਇਆ, ਇਸੇ ਤਰ੍ਹਾਂ ਹੀ ਸਾਰੇ ਬੈਠੇ ਨੇ, ਨਾ ਪਤਾ ਲੱਗੇ ਮਾਂਜੀ ਕਿਹੜਾ ਅਤੇ ਨਾ ਪਤਾ ਲੱਗੇ ਜਾਂਜੀ ਕਿਹੜਾ, ਆਖੋ ਸਤਨਾਮ, ਨਾ ਪਤਾ ਲੱਗੇ ਮੁੰਡੇ ਵਾਲੇ ਕਿਹੜੇ ਅਤੇ ਨਾ ਪਤਾ ਲੱਗੇ ਕੁੜੀ ਵਾਲੇ ਕਿਹੜੇ। ਮੁੰਡੇ ਨੇ ਵੀ ਸਾਦਾ ਲਿਬਾਸ ਪਾਇਆ, ਕੁੜੀ ਨੇ ਵੀ ਸਾਦਾ ਲਿਬਾਸ, ਪਤਾ ਹੀ ਨਾ ਲੱਗੇ ਕੁੜੀ ਕਿਹੜੀ ਇਹਨਾਂ 'ਚ ਬੈਠੀ ਹੋਈ ਹੈ ਜਿਹਦਾ ਵਿਆਹ ਹੋਣਾ, ਮੁੰਡਾ ਕਿਹੜਾ ਬੈਠਾ ਜਿਹਦਾ ਵਿਆਹ ਹੋਣਾ। ਅਤੇ ਸਤ ਸੰਗਤ, ਕੀਰਤਨ ਹੋਇਆ, ਬੱਚਿਆਂ ਨੇ ਵੀ ਕੀਰਤਨ ਕੀਤਾ ਜਿਨ੍ਹਾਂ ਦਾ ਆਨੰਦ ਕਾਰਜ ਹੋਣਾ। ਅਤੇ ਜਦੋਂ ਆਨੰਦ ਕਾਰਜ ਹੋ ਗਿਆ, ਲੰਗਰ ਦੇ ਵਿੱਚ ਪ੍ਰਸ਼ਾਦਾ ਲੱਗਿਆ, ਆਖੋ ਸਤਨਾਮ, ਪਦਾਰਥ ਓਨੇ ਹੀ ਨੇ ਜਿੰਨੇ ਪੈਲਸਾਂ ਦੇ ਵਿੱਚ, ਸਾਰੇ ਪਦਾਰਥ ਬਣੇ, ਸਾਰੇ ਪਦਾਰਥ ਆਪ ਬੱਚਿਆਂ ਨੇ ਸਰਵ ਕੀਤਾ, ਆਖੋ ਸਤਨਾਮ। ਜਿਨ੍ਹਾਂ ਦਾ ਵਿਆਹ ਹੋਇਆ ਬੱਚਾ ਬੱਚੀ ਦਾ, ਉਹਨਾਂ ਨੇ ਸੰਗਤ ਵਿੱਚ ਆਪ ਸਰਵ ਕੀਤਾ ਜੀ, ਆਪ ਸੇਵਾ ਕੀਤੀ, ਇੱਕ ਇੱਕ ਦੇ ਭਾਂਡੇ ਚੱਕੇ ਗਏ, ਫਿਰ ਜੂਠੇ ਭਾਂਡਿਆਂ ਦੇ ਵਿੱਚ ਉਹ ਦੋਨੋਂ ਬੱਚਾ ਬੱਚੀ ਬੈਠੇ ਨੇ ਅਤੇ ਸੰਗਤ ਦੇ ਭਾਂਡੇ ਮਾਂਜਦੇ ਪਏ, ਆਖੋ ਸਤਨਾਮ। ਇਹ ਵਿਆਹ ਵਾਲੇ ਦਿਨ ਦੀ ਗੱਲ ਜੇ, ਇਧਰੋਂ ਹਾਲੇ ਵਿਆਹ ਹੋਇਆ, ਵਿਆਹ ਤੋਂ ਬਾਅਦ ਲੰਗਰ ਵਰਤਾਇਆ ਜਾ ਰਿਹਾ, ਲੰਗਰ ਵਰਤਾਉਣ ਤੋਂ ਬਾਅਦ ਭਾਂਡੇ ਚੱਕੇ ਜਾ ਰਹੇ, ਭਾਂਡੇ ਤੋਂ ਬਾਅਦ ਭਾਂਡੇ ਧੋਣ ਦੇ ਵਿੱਚ ਦੋਨੋਂ ਮੀਆਂ ਬੇਬੀ ਆਪ ਬੈਠੇ ਨੇ, ਆਖੋ ਸਤਨਾਮ, ਆਪ ਬੈਠੇ, ਉਹ ਮਾਂਜਿਆ ਜਾ ਰਿਹਾ। ਕਿਰਪਾ ਨਾ ਹੋਏਗੀ, ਪੱਕੀਆਂ ਨੀਹਾਂ ਰੱਖੀਆਂ ਜਾ ਰਹੀਆਂ, ਗ੍ਰਸਤ ਮਾਰਗ ਦੀਆਂ ਪੱਕੀਆਂ ਨੀਹਾਂ, ਕੋਈ ਕੱਚੀਆਂ ਨੀਹਾਂ ਨਹੀਂ। ਫਿਰ ਹੁਣ ਡੋਲੀ ਸਤ ਸੰਗਤ ਘਰੋਂ ਤੁਰੀ, ਪਹਿਲੀ ਗੱਲ ਰੱਖਤੀ ਗਈ ਸੀ ਕਿ ਰੋਣਾ ਨਹੀਂ, ਰੋਣਾ ਨਹੀਂ ਕਿਸੇ ਨੇ, ਖੁਸ਼ੀ ਦਾ ਵੇਲਾ, ਪਹਿਲਾਂ ਹੀ ਉਹਨਾਂ ਨੇ ਸਮਝਾਤਾ ਸੀ, ਖੁਸ਼ੀ ਦੇ ਵੇਲੇ ਰੋ ਕੇ ਧੀ ਨੂੰ ਨਹੀਂ ਤੋਰਨਾ, ਰੋ ਕੇ ਤੋਰੋਗੇ ਤੇ ਗਾਂ ਵੀ ਫਿਰ ਪਤਾ ਨਹੀਂ ਕਿਧਰੇ ਰੋਂਦੀ ਨਾ ਰਵੇ, ਖੁਸ਼ੀ ਨਾਲ ਤੋਰੋ। ਤੇ ਸਾਧ ਸੰਗਤ ਜਦੋਂ ਡੋਲੀ ਘਰ ਆਈ, ਹੁਣ ਕੀ ਰਿਵਾਜ਼ ਹੁੰਦੇ ਨੇ ਜੀ, ਡੋਲੀ ਘਰ ਆਉਂਦੀ, ਕੋਈ ਵਾਰ ਨਾ ਕਰਦਾ, ਕੋਈ ਕੁਝ ਕਰਦਾ, ਕੋਈ ਫੂਕ ਮਾਰਦਾ, ਕੋਈ ਕੁਝ, ਹੈ ਨਾ, ਇੱਦਾਂ ਕੁਝ ਹੀ ਹੁੰਦਾ। ਡੋਲੀ ਘਰ ਆਈ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਉੱਥੇ ਸਾਧ ਸੰਗਤ, ਅਸੀਂ ਪਹਿਲੇ ਵਿਉਂਤ ਬਣਾਈ, ਘਰ ਦੇ ਸਾਰੀ ਸੰਗਤ ਬੈਠੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਕੀਰਤਨ ਚੱਲ ਰਿਹਾ, ਆਖੋ ਸਤਨਾਮ, ਕੀਰਤਨ ਚੱਲ ਰਿਹਾ, ਕੀਰਤਨ ਚੱਲ ਰਿਹਾ, ਕੋਈ ਵਿਸ਼ੇਸ਼ ਉਚੇਚ ਨਹੀਂ। ਉਹਨਾਂ ਦੇ ਪੰਜ ਦਸ ਸਰੀਰ, ਪੰਦਰਾਂ ਸਰੀਰ ਜਿਹਨਾਂ ਨੇ, ਹੁਣ ਡੋਲੀ ਆਉਂਦੀ ਤੇ ਇੱਕ ਅੱਧਾ ਸਰੀਰ ਹੀ ਡੋਲੀ ਨਾਲ ਆਉਂਦਾ ਹੈ ਨਾ ਜੀ, ਇੱਕ ਅੱਧਾ ਸਰੀਰ ਹੀ ਆਉਂਦਾ ਡੋਲੀ ਨਾਲ, ਕਿ ਪੂਰਾ ਟੱਬਰ ਹੀ ਸਾਰੇ ਤੁਰਿਆ ਆਉਂਦਾ, ਨਹੀਂ, ਇਹਨਾਂ ਨੇ ਕਿਹਾ ਡੋਲੀ ਦੇ ਨਾਲ ਸਾਰੇ ਆਉਣਗੇ, ਸਾਰੇ ਧੀ ਨੂੰ ਛੱਡਣ ਲਈ ਆਓ, ਇਹ ਧੀ ਇੱਥੇ ਧੀ ਬਣ ਕੇ ਰਹੇਗੀ, ਆਖੋ ਸਤਨਾਮ। ਮਾਂ ਪਿਓ ਭਰਾ ਜਿਤਨੇ ਉਹਨਾਂ ਦੇ ਰਿਸ਼ਤੇਦਾਰ ਸਾਰੇ
ਡੋਲੀ ਛੱਡਣ ਲਈ ਆਏ। ਸਾਧ ਸੰਗਤ ਬੈਲ ਮਾਰੀ, ਉਹਨਾਂ ਨੇ ਬੂਹਾ ਖੋਲਿਆ। ਜਦੋਂ ਅੰਦਰ ਆਏ ਬਸ ਇੱਕ ਜਕਾਰਾ ਛੱਡਿਆ ਗਿਆ। ਆਖੋ ਸਤਨਾਮ। ਇੱਕ ਜਕਾਰਾ ਛੱਡਿਆ ਗਿਆ ਅੰਦਰ। ਸਾਨੂੰ ਪਤਾ ਲੱਗ ਗਿਆ ਕੀਰਤਨ ਕਰਦਿਆਂ ਨੂੰ ਕਿ ਬੱਚੀ ਆ ਗਈ ਹੈ, ਬੱਚੀ ਘਰ ਆ ਗਈ। ਉਹ ਬੱਚਾ ਬੱਚੀ ਨੂੰ ਦੋਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਬਿਠਾਇਆ ਗਿਆ ਅਤੇ ਸਤਿਗੁਰ ਅੱਗੇ ਅਰਦਾਸ ਕੀਤੀ ਗਈ, ਸੱਚਿਆ ਪਾਤਸ਼ਾਹ ਇਸ ਘਰ ਦੇ ਵਿੱਚ ਬੱਚੀ ਪਹਿਲੀ ਵਾਰੀ ਆਈ ਹੈ। ਆਖੋ ਸਤਨਾਮ। ਉਸ ਘਰੋਂ ਨਿਕਲ ਕੇ ਇਸ ਘਰ 'ਚ ਆਈ, ਧੀ ਬਣ ਕੇ ਉੱਥੇ ਰਹੀ, ਪਾਤਸ਼ਾਹ ਧੀ ਬਣ ਕੇ ਇੱਥੇ ਵੀ ਰਵੇ। ਆਖੋ ਸਤਨਾਮ। ਗੁਰੂ ਨਾਨਕ ਦੀ ਮਿਹਰ, ਕੋਈ ਵਾਰਨਾ ਨਹੀਂ, ਕੋਈ ਕੁਝ ਨਹੀਂ। ਉੱਥੇ ਕੀਰਤਨ ਦੇ ਪਹਿਰੇ ਚੱਲ ਰਹੇ, ਡੇਢ ਘੰਟਾ ਸਾਧ ਸੰਗਤ ਕੀਰਤਨ ਹੋਇਆ। ਨਾ ਪਤਾ ਲੱਗ ਰਿਹਾ ਹੁਣ ਕੁੜੀ ਵਾਲੇ ਕਿਹੜੇ ਨੇ, ਨਾ ਪਤਾ ਲੱਗ ਰਿਹਾ ਮੁੰਡੇ ਵਾਲੇ ਕਿਹੜੇ। ਆਖੋ ਸਤਨਾਮ। ਸਮਾਪਤੀ ਤੋਂ ਬਾਅਦ ਉੱਦਾਂ ਹੀ ਲੰਗਰ, ਲੰਗਰ ਤੋਂ ਬਾਅਦ ਵਿਦਾਇਗੀ। ਸਾਰੇ ਜਿਹੜੇ ਮੁੰਡੇ, ਸਾਰੇ ਜਿਹੜੇ ਕੁੜੀ ਵਾਲੇ ਉਹਨਾਂ ਨੂੰ ਤੋਰਿਆ, ਮੁੰਡੇ ਵਾਲਿਆਂ ਨੂੰ ਤੋਰਿਆ, ਉੱਥੇ ਹੀ ਸਾਧ ਸੰਗਤ ਸਮਾਗਮ ਫਤਿਹ ਹੋ ਗਿਆ। ਆਖੋ ਸਤਨਾਮ। ਹੁਣ ਸੁਣਿਆ ਜੇ ਇਹੋ ਜਿਹਾ ਕਦੇ ਵਿਆਹ ਸੁਣਿਆ ਜੇ? ਆ ਦਾਸ ਨੇ ਅੱਖੀ ਵੇਖਿਆ ਤੇ ਅੱਜ ਮੈਂ ਉਹਨਾਂ ਦੇ ਘਰ ਸਵਰਗ ਵਰਤਦਾ ਵੇਖ ਰਿਹਾ, ਵੇਖ ਰਿਹਾ। ਕਿਉਂ? ਕਿਉਂਕਿ ਹਰ ਕਾਰਜ ਦੇ ਵਿੱਚ ਗੁਰੂ ਦੀ ਮੱਤ ਅੱਗੇ ਰੱਖ ਕੇ ਸਾਰੇ ਕਾਰਜ ਕੀਤੇ ਗਏ ਨੇ। ਆਖੋ ਸਤਨਾਮ। ਕਾਰਜ ਕੀਤੇ ਗਏ। ਇਹਦੇ ਵਿੱਚ ਹੁਣ ਕੁੜੀ ਵਾਲੇ ਵਿਚਾਰੇ ਕੀ ਕਰਨ, ਦੱਸੋ ਕੀ ਕਰਨ? ਇਹਦੇ ਵਿੱਚ ਤਾਂ ਮੁੰਡੇ ਵਾਲੇ, ਹੁਣ ਜਸਵੀਰ ਸਿੰਘ ਜੀ ਦਾ ਮੁੰਡਾ ਸੀ ਤੇ ਠੋਕ ਵਜਾ ਕੇ ਕੰਮ ਕਰਵਾਇਆ, ਠੋਕ ਵਜਾ ਕੇ ਕੰਮ ਕਰਵਾਇਆ। ਧਿਆਨ ਦਿਓ, ਆਹ ਬੇਨਤੀ ਮੈਂ ਕਰਾਂਗਾ ਤੁਹਾਡੇ ਚਰਨਾਂ ਵਿੱਚ। ਗੁਰਮੁਖੋ, ਮਨਾਂ 'ਚ ਹੀ ਪ੍ਰਣ ਕਰੋ, ਮਨਾਂ 'ਚ ਹੀ ਕਿ ਅਸੀਂ ਵੀ ਆਪਣੇ ਬੱਚੇ ਦਾ ਵਿਆਹ ਇੱਦਾਂ ਹੀ ਕਰਨਾ, ਇੱਦਾਂ ਹੀ, ਭਾਵੇਂ ਥੋੜ੍ਹਾ ਮੋਡੀਫਾਈ ਕਰ ਲਓ। ਗੁਰਦੁਆਰੇ ਦੇ ਵਿੱਚ ਜਿਹੜੇ ਹਾਲ ਹੁੰਦੇ ਨੇ, ਭਾਵੇਂ ਉੱਥੇ ਜਿੱਦਾਂ ਤੁਸੀਂ ਸਟਾਲ ਰੱਖਣੇ ਉਹ ਰੱਖ ਲਓ, ਹੋਰ ਜਿਵੇਂ ਕਰਨਾ, ਪਰ ਇੱਕ ਗੱਲ ਧਿਆਨ ਰੱਖਣਾ, ਗੁਰੂ ਦੀ ਮੱਤ ਨੂੰ ਅੱਗੇ ਰੱਖ ਕੇ ਜੇ ਕਾਰਜ ਕਰੋਗੇ ਤੇ ਉਸ ਕਾਰਜ ਤੋਂ ਲੈ ਕੇ ਅਖੀਰ ਤੱਕ ਜਦ ਤੱਕ ਉਹ ਸੰਬੰਧ ਚੱਲਣੇ ਨੇ, ਗੁਰੂ ਦੀਆਂ ਮਿਹਰਾਂ ਦੀਆਂ ਮੋਹਰਾਂ ਉਸ ਸੰਬੰਧ ਦੇ ਵਿੱਚ ਲੱਗੀਆਂ ਰਹਿਣਗੀਆਂ। ਆਖੋ ਸਤਨਾਮ। ਉਹ ਗੂੜੇ ਸੰਬੰਧ ਤੁਰਦੇ ਰਹਿਣਗੇ।